अफगाने के रहने वाले हैं। इसकी गवाही के पति भी है जो सऊदी अरब के विच रहिंदे ने और बड़ी अद्भुत गवाही है उस इस पति दे जो इन्हां दा पति है वो जो बार फॉरन दे विच रहिंदे ने और उन्हां दे अचानक शुक्रवार नूं पेट च दर्द होई और नाल ही बाथरूम रुक गया और उन्हूं पता भी नहीं सी कि मेरे पेट दे विच जां मेरे बाथरूम वाली जगह दे विच कोई पत्थरी है जां कुछ भी है और वो इन्नी अधिक पेन सी कि वो काम ते भी नहीं जा सकया और उसने अपनी अपनी पत्नी नूं फोन किया कि मेरे लिए प्रेयर करो कि मैं इन्नी अधिक पेन दे विच आ कि मेरा बाथरूम भी रुक गया है और मैं मेडिसिन भी खा चुका पर कोई असर नहीं हो रहा कोई कोई भी हल नहीं हो रहा और उस तो बाद इस सिस्टर ने अपने पति ने बोला कि मैं हुणे ही चर्च तो प्रेयर करानी है और मैं हुणे तुहानू दसांगी। उस तो बाद जब इस सिस्टर ने चर्च के प्रेयर टावर तो प्रार्थना कराई और जब ही प्रेयर कराई इस भैन ने वो वर्ड अपने पति लिए रिसीव किए और उही जो इन्हे पति जो पेट च दर्द हो रही थी टीम ने भी प्रार्थना की थी कि जो भी पेट च दर्द है खुदा तेरे नाम च खत्म होए। उस तो बाद जब इस सिस्टर ने अपने पति नूं फोन किया और उस तो बाद जब अपने पति नूं फोन किया और 15 मिनट दे विच वो दो पत्थरियां उस भरा दे गुप्त अंग दे विचों बाहर आईयां। इस गवाही दे लई प्रभु यीशु दा धन्नवाद करदे हां। जोश जोश ते जोश दे तालों दे साथ ਸੀ ਸਭ ਤੋਂ ਵੱਡੀ ਗੱਲ ਇਹ ਕਿ ਤੁਹਾਡੀ ਪਤੀ ਨੂੰ ਪਤਾ ਨਹੀਂ ਕਿ ਮੇਰੇ ਪਤਰੀਆਂ ਹੈਗੀਆਂ ਨਹੀਂ ਜੀ ਉਹਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਕੋਈ ਪਤਾ ਨਹੀਂ ਸੀ ਨਾ ਉਹਨਾਂ ਨੂੰ ਪਤਾ ਨਹੀਂ ਓਕੇ ਕੀ ਹੋਇਆ ਜਦੋਂ ਦਰਦ ਹੋਈ ਤੁਹਾਨੂੰ ਕੀ ਬੋਲਿਆ ਨਾ ਮੈਨੂੰ ਕਿਹਾ ਨਹੀਂ ਕਿ ਮੇਰੇ ਨਾ ਦਰਦ ਹੋਣੀ ਆ ਤੇ ਮੈਂ ਕੋਈ ਨਹੀਂ ਮੈਂ ਪ੍ਰੇਅਰ ਕਰਵਾਉਣੀ ਆ ਤੇ ਫਿਰ ਮੈਂ ਇੱਥੇ ਪ੍ਰੇਅਰ ਕਰਵਾਈ ਓਕੇ ਚਰਚ ਜਦ ਅਸੀਂ ਚਰਚ ਨੂੰ ਸਪੋਰਟ ਕਰਦੇ ਹਾਂ ਚਰਚ ਦੇ ਵਿੱਚ ਆਪਾਂ ਇੱਕ ਪਿਲਰ ਬਣ ਜਾਂਦੇ ਹਾਂ ਇੱਕ ਸਪੋਰਟਰ ਬਣ ਜਾਂਦੇ ਹਾਂ ਫਿਰ ਪਰਮੇਸ਼ਰ ਦਾ ਆਤਮਾ ਸਾਡੀ ਬੋਡੀ ਨੂੰ ਯੂਜ਼ ਕਰਕੇ ਸਾਡੇ ਮੂੰਹ ਦੇ ਅੰਗੀਕਾਰ ਨੂੰ ਭਾਵੇਂ ਤੁਸੀਂ ਦੇਸ਼ ਵਿੱਚ ਹੋ ਜਾਂ ਪ੍ਰਦੇਸ਼ ਵਿੱਚ ਹੋ ਭਾਵੇਂ ਕਿਸੇ ਵੀ ਜਗ੍ਹਾ ਤੁਸੀਂ ਖੜੇ ਹੋ ਆਪਣੇ ਕਿਸੇ ਵੀ ਰਿਲੇਟਰ ਦੇ ਲਈ ਕਿਸੇ ਪਤੀ ਦੇ ਲਈ ਆਪਣੇ ਭੈਣ ਭਰਾਵਾਂ ਲਈ ਰਿਸੀਵ ਕਰਦੇ ਹੋ ਫਿਰ ਉਹ ਪ੍ਰਭੂ ਦੇ ਦੂਤ ਤੁਹਾਡੇ ਅੰਗੀਕਾਰ ਨੂੰ ਤੁਹਾਡੇ ਵਰਡ ਨੂੰ ਲੈ ਕੇ ਉਸ ਨੂੰ ਫੌਰਨ ਦੇ ਵਿੱਚ ਵੀ ਛੂਣ ਦੀ ਤਾਕਤ ਰੱਖਦੇ ਨੇ ਔਰ ਉਸ ਤੋਂ ਬਾਅਦ ਸਿਸਟਰ ਜਾਦੀ ਤੁਹਾਡੇ ਪਤੀ ਲਈ ਤੁਸੀਂ ਰਿਸੀਵ ਕੀਤੇ ਔਰ ਦੁਬਾਰਾ ਜਾ ਕੇ ਤੁਹਾਡੇ ਪਤੀ ਨੂੰ ਲੱਗੀ ਔਰ ਜਾਦੀ ਉਹ ਪ੍ਰੇਅਰ ਹੋਈ ਉਸ ਤੋਂ ਬਾਅਦ 15 ਮਿੰਟਾਂ ਬਾਅਦ ਤੁਹਾਡੇ ਪਤੀ ਦੇ ਦੋ ਪਤਰੀਆਂ ਹਾਂਜੀ ਉਹਨਾਂ ਨੇ ਫੇਰ ਫੋਨ ਕੀਤਾ ਕਿ ਮੇਰੇ ਪਤਰੀਆਂ ਨਿਕਲੀਆਂ ਦੋ ਓਕੇ ਹੁਣ ਉਹਨਾਂ ਦੀ ਤੁਹਾਡੇ ਕੋਲ ਪਿਕ ਵੀ ਹੈਗੀ ਹੈ ਫੋਨ ਦੇ ਵਿੱਚ ਹਾਂਜੀ ਚਰਚ ਬੜੀ ਅਦਭੁਤ ਗਵਾਹੀ ਹੈ ਕਿਉਂਕਿ ਰਸੀ ਭੈਣ ਇਸ ਜਗ੍ਹਾ ਤੇ ਕਰ ਰਹੀ ਹੈ ਪੰਜਾਬ ਦੇ ਵਿੱਚ ਔਰ ਠੀਕ ਕਿੱਥੇ ਹੋ ਰਿਹਾ ਭਰਾ ਫੋਰਮ ਦੇ ਵਿੱਚ ਕਿਉਂਕਿ ਜੇ ਤੁਹਾਡਾ ਕਨੈਕਸ਼ਨ ਜੇ ਤੁਹਾਡਾ ਸਮਰਪਣ ਚਰਚ ਦੇ ਵਿੱਚ ਮੌਜੂਦ ਹੈ ਤੁਸੀਂ ਚਰਚ ਨੂੰ ਅੱਗੇ ਲੈ ਕੇ ਜਾਣ ਦੇ ਲਈ ਚਰਚ ਨੂੰ ਸਪੋਰਟ ਕਰਨ ਦੇ ਲਈ ਪ੍ਰੇਅਰ ਦੇ ਵਿੱਚ ਫਾਸਟਿੰਗ ਦੇ ਵਿੱਚ ਕਿਸੇ ਵੀ ਐਂਗਲ ਦੇ ਵਿੱਚ ਤੁਸੀਂ ਜੁੜੇ ਹੋ ਫਿਰ ਤੁਹਾਡੀ ਜ਼ਿੰਦਗੀ 'ਚ ਕੋਈ ਬਿਮਾਰੀ ਕੋਈ ਟ੍ਰਬਲ ਕੋਈ ਮੁਸ਼ਕਲ ਨਹੀਂ ਆ ਸਕਦੀ ਹੁਣ ਉਸ ਤੋਂ ਬਾਅਦ ਸਿਸੀ ਤੁਹਾਡਾ ਪਤੀ ਬਿਲਕੁਲ ਠੀਕ ਹੈ ਪੇਨ ਵੀ ਉਦਨੀ ਹੋਈ ਸ਼ੁੱਕਰਵਾਰੀ ਪੇਨ ਹੋਈ ਔਰ ਸ਼ੁੱਕਰਵਾਰੀ ਪ੍ਰਾਰਥਨਾ ਹੋਈ ਔਰ ਸ਼ੁੱਕਰਵਾਰੀ ਉਹ ਦੋ ਪਤਨੀਆਂ ਬਾਹਰ ਆਈਆਂ ਆਈਏ ਚਰਚ ਇਸ ਗਵਾਹੀ ਦੇ ਲਈ ਪ੍ਰਭੂ ਯਿਸੂ ਦੇ ਨਾਮ ਵਾਦ ਕਰਾਂਗੇ ਜੋਰ ਦੇ ਤਾਲੋ ਕੋ ਤਾਲ ਜੋਰ ਦੇ ਆਈਏ ਸਭ ਨੂੰ ਬਖਸ਼ੇ ਮੇ ਜਾਓ